ਹਰਿਆਣਾ ਦੇ ਪੰਚਕੋਲਾ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਗਭਗ 8 ਸਾਲ ਪੁਰਾਣੇ ਨੂ ਜ਼ਿਲ੍ਹੇ ਅਧੀਨ ਪੈਂਦੇ ਇੱਕ ਪਿੰਡ ਦੇ ਵਿੱਚ ਸਮੂਹਿਕ ਜ਼ਬਰ ਜਨਾਹ ਤੇ ਦੂਰੇ ਕਤਲकांड ਮਾਮਲੇ ਵਿੱਚ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਜਦਕਿ 6 ਨੂੰ ਬਰੀ ਕਰ ਦਿੱਤਾ। ਸੀਬੀਆਈ ਅਦਾਲਤ ਨੇ 10 ਅਪ੍ਰੈਲ ਨੂੰ ਇਸ ਮਾਮਲੇ ਦੇ ਵਿੱਚ ਵਿਨੈ ਉਰਫ ਲੰਬੂ, ਜੈ ਭਗਵਾਨ ਹਿਮੰਤ ਚੋਹਾਨ ਤੇ ਆਯਾਨ ਚੋਹਾਨ ਨੂੰ ਦੂਰੇ ਕਤਲकांड ਸਮੂਹਿਕ ਜ਼ਬਰ ਜਨਾਹ ਤੇ ਡਕੈਤੀ ਦੀ ਘਟਨਾ ਵਿੱਚ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਤੇਜਪਾਲ, ਅਮਿਤ, ਰਵਿੰਦਰ, ਕਰਮਜੀਤ, ਸੰਦੀਪ ਤੇ ਰਾਹੁਲ ਵਰਮਾ ਨੂੰ ਬਰੀ ਕਰ ਦਿੱਤਾ। ਇਨਾਂ ਨੂੰ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤੇ ਪੋਕਸੋ ਐਕਟ ਤਹਿਤ ਸਜ਼ਾ ਸੁਣਾਈ ਗਈ ਹੈ। ਘਟਨਾ 2016 ਦੇ ਵਿੱਚ 24-25 ਅਗਸਤ ਦੀ ਰਾਤ ਨੂੰ ਨੂਹ ਜ਼ਿਲ੍ਹੇ ਦੀਨਪੰਦੇ ਤਾਵੜੂ ਇਲਾਕੇ ਦੇ ਪਿੰਡ ਡਿੰਗਰ ਢੇੜੀ ਚ ਵਾਪਰੀ। ਸੀਬੀਆਈ ਨੇ ਦੱਸਿਆ ਕਿ ਅਦਾਲਤ ਨੇ ਦੋਸ਼ੀਆਂ ਨੂੰ ਕੁੱਲ 8,20,000 ਦਾ ਜੁਰਮਾਨਾ ਵੀ ਲਾਇਆ ਹੈ। ਮੁਲਜ਼ਮਾਂ ਨੇ ਇੱਕ ਨਾਬਾਲਗ ਸਮੇਤ ਦੋ ਔਰਤਾਂ ਨਾਲ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਜ਼ਬਰਜਨਾ ਕੀਤਾ ਸੀ। ਗਹਿਣੇ ਤੇ ਨਕਦੀ ਵੀ ਲੁੱਟੀ ਸੀ। ਇਸ ਘਟਨਾ ਵਿੱਚ ਦੋ ਜਣਿਆਂ ਦੀ ਜਾਨ ਚਲੀ ਗਈ ਸੀ। ਸੂਬਾ ਸਰਕਾਰ ਦੇ ਨਿਰਦੇਸ਼ਨ ਤੇ सीबीआई ਨੇ ਘਟਨਾ ਦੀ ਜਾਂਚ ਆਪਣੇ ਹੱਥਾਂ ਵਿੱਚ ਲਈ ਸੀ ਜਾਂਚ ਤੋਂ ਬਾਅਦ 24 ਜਨਵਰੀ 2018 ਤੇ 29 ਜਨਵਰੀ 2019 ਨੂੰ ਦੋ ਚਾਰਜ ਸ਼ੀਟਾਂ ਦਾਖਲ ਕੀਤੀਆਂ ਗਈਆਂ ਸਨ ਤੇ ਹੁਣ ਜਾ ਕੇ ਫੈਸਲਾ ਸੁਣਾਇਆ ਗਿਆ ਨਾਬਾ ਦੇ ਸਰਕਾਰੀ ਰੁਪਦਮਨ ਕਾਲਜ ਦੇ ਵਿੱਚ ਲੰਘੇ ਮਾਰਚ ਮਹੀਨੇ ਵਿੱਚ ਇੱਕ ਵਿਦਿਆਰਥੀ ਦੇ ਨਾਲ ਹੋਏ ਜ਼ਬਰਜਨਾਹ ਦੇ ਮਾਮਲੇ ਵਿੱਚ ਉਚੇਰੀ ਸਿੱਖਿਆ ਵਿਭਾਗ ਨੇ ਕਾਲਜ ਦੇ ਪੰਜ ਮੁਲਾਜ਼ਮਾਂ ਖਿਲਾਫ ਲਾਪਰਵਾਹੀ ਦੇ ਦੋਸ਼ ੇਟ ਕਾਰਵਾਈ ਕੀਤੀ ਹੈ ਵਿਭਾਗ ਦੇ ਡਾਇਰੈਕਟਰ ਅਮਰਿਤ ਸਿੰਘ ਨੇ ਦੱਸਿਆ ਕਿ ਦੋ ਗੈਸਟ ਲੈਕਚਰਰਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਕਾਲਜ ਦੇ ਵਾਈਸ ਪ੍ਰਿੰਸੀਪਲ ਤੇ ਲਾਇਬ੍ਰੇਰੀਅਨ ਨੂੰ ਇਸ ਮਾਮਲੇ ਵਿੱਚ ਸਸਪੈਂਡ ਕੀਤਾ ਗਿਆ ਪ੍ਰਿੰਸੀਪਲ ਦੀ ਬਦਲੀ ਕਰ ਦਿੱਤੀ ਗਈ ਹੈ ਪਤਾ ਲੱਗਿਆ ਕਿ ਇਹਨਾਂ ਦੋ ਗੈਸਟ ਲੈਕਚਰਾਰਾਂ ਵਿੱਚੋਂ ਇੱਕ ਦੀ ਘਟਨਾ ਸਥਾਨ ਦੇ ਨੇੜੇ ਕਲਾਸ ਲੱਗਦੀ ਸੀ ਤੇ ਦੂਸਰੇ ਲੈਕਚਰਾਰ ਦੀ ਘਟਨਾ ਵਾਲੇ ਦਿਨ ਕਾਲਜ ਵਿੱਚ ਅਨੁਸ਼ਾਸਨ ਕਾਇਮ ਰੱਖਣ ਦੀ ਜ਼ਿੰਮੇਵਾਰੀ ਸੀ ਲਾਇਬ੍ਰੇਰੀਅਨ ਵੱਲੋਂ ਉਕਤ ਮੌਲਸਮਾਂ ਦੇ ਛਨਾਕਤੀ ਕਾਰਡ ਬਣਾਉਣ ਦੀ ਪੜਤਾਲ ਚੱਲ ਰਹੀ ਹੈ ਵਾਈਸ ਪ੍ਰਿੰਸੀਪਲ ਤੇ ਪ੍ਰਿੰਸੀਪਲ ਨੂੰ ਮੁਕੰਮਲ ਪ੍ਰਬੰਧਾਂ ਦੀ ਘਾਟ ਲਈ ਜ਼ਿੰਮੇਵਾਰ ਮੰਨਿਆ ਗਿਆ ਹੈ ਦਰਅਸਲ ਮਾਰਚ ਮਹੀਨੇ ਵਿੱਚ ਇੱਕ ਵਿਦਿਆਰਥੀ ਨਾਲ ਕਾਲਜ ਦੇ ਅੰਦਰ ਹੀ ਕਾਲਜ ਦੇ ਕਲਾਸਰੂਮ ਦੇ ਵਿੱਚ ਤਿੰਨ ਜਣਿਆਂ ਨੇ ਜ਼ਬਰ ਜਨਾਹ ਕੀਤਾ ਸੀ ਤਿੰਨੇ ਕਾਲਜ ਦੇ ਵਿਦਿਆਰਥੀ ਵੀ ਨਹੀਂ ਸਨ ਪੁਲਿਸ ਮੁਤਾਬਕ ਉਹਨਾਂ ਕੋਲ ਸ਼ਨਾਖਤੀ ਕਾਰਡ ਵੀ ਸਨ ਤੇ ਉਹ ਕਲਾਸਾਂ ਦੇ ਵਿੱਚ ਵੀ ਬੈਠਦੇ ਸਨ ਜਿਸ ਕਰਕੇ ਉਹ ਲੜਕੀ ਨੂੰ ਗੁੰਮਰਾਹ ਕਰਕੇ ਘਟਨਾ ਵਾਲੀ ਥਾਂ ਤੇ ਲਿਜਾਣ ਵਿੱਚ ਸਫਲ ਹੋਏ ਕੱਲ੍ਹ ਚ ਨਿਚਰਵਾਰ ਨੂੰ ਪੰਜਾਬ ਸਮੇਤ ਭਾਰਤ ਦੇ ਚੋਣ ਦੰਗਲ ਦੇ ਵਿੱਚ ਕੀ ਕੁਝ ਹੋਇਆ ਉਹ ਸਭ ਕੁਝ ਤੁਹਾਨੂੰ ਦੱਸਦੇ ਹਾਂ ਉਸ ਤੋਂ ਬਾਅਦ ਕੁਝ ਹੋਰ ਖਾਸ ਤੇ ਜ਼ਰੂਰੀ ਖਬਰਾਂ ਤੁਹਾਡੇ ਸਭ ਤੇ ਲਈ ਦੱਸਾਂਗੇ ਕੱਲ ਦੀ ਚੋਣ ਸਿਆਸਤ ਦੇ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਖਬਰ ਕਨੌਰ ਹਲਕੇ ਤੋਂ ਆਈ ਜਦੋਂ ਬੀਜੇਪੀ ਉਮੀਦਵਾਰ ਮਹਾਰਾਣੀ ਪਰਨੀਤ ਕੌਰ ਦੇ ਕਿਰਾਉ ਮੌਕੇ ਇੱਕ ਕਿਸਾਨ ਦੀ ਜਾਨ ਹੀ ਚਲੀ ਗਈ ਮਹਾਰਾਣੀ ਪਰਨੀਤ ਕੌਰ ਦਾ ਕੱਲ ਕਨੌਰ ਹਲਕੇ ਦੇ ਪਿੰਡ ਸੇਰਾ ਦੇ ਵਿੱਚ ਚੋਣ ਪ੍ਰੋਗਰਾਮ ਸੀ ਇਸ ਦੌਰਾਨ ਕਿਸਾਨਾਂ ਨੇ ਉਹਨਾਂ ਦਾ ਕਿਰਾਉ ਕੀਤਾ ਜਿਸ ਦਰਮਿਆਨ ਕਿਸਾਨ ਲੀਡਰ ਸੁਰਿੰਦਰਪਾਲ ਸਿੰਘ ਆਕੜੀ ਦੀ ਜਾਨ ਚਲੀ ਗਈ ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਪ੍ਰਨੀਤ ਕੌਰ ਦੀ ਗੱਡੀ ਵਿੱਚ ਹੀ ਬੈਠੇ ਉਹਨਾਂ ਦੇ ਸਮਰਥਕ ਹਰਵਿੰਦਰ ਸਿੰਘ ਹਰਪਾਲਪੁਰ ਵੱਲੋਂ ਮਾਰੇ ਗਏ ਧੱਕੇ ਕਰਕੇ ਹੀ ਕਿਸਾਨ ਦੀ ਮੌਤ ਹੋਈ ਹੈ ਜਦ ਕੇ ਮਹਾਰਾਣੀ ਪ੍ਰਨੀਤ ਕੌਰ ਨੇ ਕਿਸਾਨ ਦੀ ਜਾਨ ਜਾਣ ਵੇਲੇ ਦੀ ਇੱਕ ਵੀਡੀਓ ਜਾਰੀ ਕਰਕੇ ਹਰਪਾਲਪੁਰ ਤੇ ਲਾਏ ਜਾ ਰਹੇ ਦੋਸ਼ਾਂ ਨੂੰ ਮੁੱਢੋਂ ਰੱਦ ਕੀਤਾ ਹੈ ਵੀਡੀਓ ਦਾ ਹਵਾਲਾ ਦਿੰਦਿਆਂ ਹਰਪਾਲਪੁਰ ਨੇ ਕਿਹਾ ਕਿ ਕਿਸਾਨ ਦੀ ਮੌਤ ਦਿਲ ਦਾ ਦੌਰਾ ਪੈਣ ਕਰਕੇ ਹੋਈ ਹੈ ਨਾ ਕਿ ਉਹਨਾਂ ਵੱਲੋਂ ਦਿੱਤੇ ਧੱਕੇ ਕਰਕੇ ਕਿਸਾਨਾਂ ਸਮੇਤ ਪਰਿਵਾਰ ਨੇ ਐਲਾਨ ਕੀਤਾ ਹੈ ਕਿ ਇਨਸਾਫ ਮਿਲਣ ਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਕਿਸਾਨਾਂ ਦੇ ਦਸਨ ਮੁਤਾਬਕ ਕਿਸਾਨ ਮਜ਼ਦੂਰ ਭਾਜਪਾ ਉਮੀਦਵਾਰ ਦੇ ਖਿਲਾਫ ਇਕੱਠੇ ਹੋਏ ਸਨ ਤਾਂ ਕਿ ਉਹ ਆਪਣੇ ਸਵਾਲਾਂ ਦੇ ਜਵਾਬ ਲੈ ਸਕਣ ਇਸ ਦੌਰਾਨ ਜ਼ਬਰਦਸਤ ਧੱਕਾਮੁਕੀ ਹੋਈ ਤੇ ਕਿਸਾਨ ਸੁਰਿੰਦਰਪਾਲ ਸਿੰਘ ਡਿੱਗ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਮੌਕੇ ਤੇ ਕਿਸਾਨ ਲੀਡਰ ਸਰਵੰਤ ਸਿੰਘ ਪੰਦੇੜ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚੇ ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਭਾਜਪਾ ਲੀਡਰ ਹਰਵਿੰਦਰ ਸਿੰਘ ਵੱਲੋਂ ਪਿਛਲੇ ਦਿਨੀ ਕੀਤੀ ਗਈ ਜਿਸ ਤਰ੍ਹਾਂ ਦੀਆਂ 扑ੜਕਾਉਣ ਵਾਲੀਆਂ ਹਰਕਤਾਂ ਕੱਲ ਦੇ ਘਟਨਾਕਰ ਕੀਤੀਆਂ ਗਈਆਂ ਉਹ ਸਾਰੀਆਂ ਚੀਜ਼ਾਂ ਕਰਕੇ ਤਣਾਅ ਵਾਲਾ ਮਾਹੌਲ ਬਣਿਆ ਜੋ ਕਿ ਕਿਸਾਨ ਦੀ ਜਾਨ ਜਾਣ ਦਾ ਕਾਰਨ ਬਣਿਆ ਫਿਲਹਾਲ ਪਰਿਵਾਰ ਮੁਲਜ਼ਮ ਹਰਪਾਲਪੁਰ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕਰ ਰਿਹਾ ਹੈ ਕਿਸਾਨਾਂ ਆਗੂ ਨੇ ਮੰਗ ਕੀਤੀ ਹੈ ਕਿ ਸ਼ਹੀਦ ਕਿਸਾਨ ਦੇ ਪਰਿਵਾਰ ਦਾ ਕਰਜ਼ਾ ਖਤਮ ਕੀਤਾ ਜਾਵੇ ਮੁਆਵਜ਼ਾ ਦਿੱਤਾ ਜਾਵੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇਸ ਵਕਤ ਵੀ ਕਿਸਾਨ ਰੋਸ ਧਰਨਾ ਲਾ ਕੇ ਬੈਠੇ ਨੇ ਕੇਸ ਦਰਜ ਕਰਵਾਉਣ ਤੇ ਅੜੇ ਹੋਏ ਨੇ ਸਸਕਾਰ ਨਾ ਕਰਨ ਦਾ ਸਿੱਧਾ-ਸਿੱਧਾ ਐਲਾਨ ਕੀਤਾ ਗਿਆ ਹੈ ਪਿਛਲੇ ਦਿਨੀ ਦਿੱਲੀ ਕਾਂਗਰਸ ਦੀ ਪ੍ਰਧਾਨਗੀ ਛੱਡਣ ਵਾਲੇ ਅਰਵਿੰਦਰ ਸਿੰਘ ਲਵਲੀ ਨੇ ਆਖਰਕਾਰ ਭਾਜਪਾ ਦਾ ਕੰਮਲ ਹੱਥ ਵਿੱਚ ਫੜ ਹੀ ਲਿਆ ਹੈ ਕੱਲ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਲਵਲੀ ਭਾਜਪਾ ਦੇ ਵਿੱਚ ਸ਼ਾਮਿਲ ਹੋਗੇ ਹੁਣ ਨਾਲ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਰਾਜਕੁਮਾਰ ਚੋਹਾਨ ਸਾਬਕਾ ਵਿਧਾਇਕ ਨੀਰਜ ਬਸੂਆ ਤੇ ਨਸੀਬ ਸਿੰਘ ਸਮੇਤ ਕੁਝ ਹੋਰ ਬੀਜੇਪੀ ਕੁਝ ਹੋਰ ਲੀਡਰਾਂ ਨੇ ਵੀ ਬੀਜੇਪੀ ਦੀ ਮੈਂਬਰਸ਼ਿਪ ਲੈ ਲਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੂਰੀ ਤੇ ਪਾਰਟੀ ਦੇ ਜਰਨਲਿਸਟਕਰ ਵਿਨੋਦ ਤਾਵੜੇ ਨੇ ਸਾਰਿਆਂ ਦਾ ਬੀਜੇਪੀ ਚ ਸੁਆਗਤ ਕੀਤਾ ਕੱਲ ਤੱਕ ਕਾਂਗਰਸ ਦੇ ਗੂੰਗੌਣ ਵਾਲੇ ਇਹਨਾਂ ਸਾਰੇ ਲੀਡਰਾਂ ਨੇ ਬੀਜੇਪੀ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ ਅਤੇ ਕਿਹਾ ਕਿ ਮੋਦੀ ਮੌਜੂਦਾ ਲੋਕ ਸਭਾ ਚੋਣਾਂ ਵਿੱਚ ਵੱਡੇ ਫਰਕ ਦੇ ਨਾਲ ਜਿੱਤਣਗੇ ਮੈਂ ਨੇ ਬਤਾਇਆ ਕਿ ਮੈਂ 18 ਸਾਲ ਦੀ ਉਮਰ ਵਿੱਚ ਕਾਂਗਰਸ ਪਾਰਟੀ ਜੁਆਇ एनएसयू से ज्वाइन करी थी तो उस समय हमको कहा जाता था कि प्रधानमंत्री जी ने भाषण किया है इंदिरा जी ने कि मैं खून का कतरा कतरा इस देश के लिए तो कतरे कतरे से टुकड़ों टुकड़ों तक आ गए हैं तो मिसफिट तो हमें वहां होना ही है और मैंने अपनी चिट्ठी में अनेकों कारण लिखे हैं और आप देख लीजिए पिछले संडे को इस्तीफा दिया था और आज पूरा हफ्ता हो गया ਤੋ ਜੋ ਆਪਣੇ ਲੋਕਾਂ ਦਾ ਧਿਆਨ ਨਹੀਂ ਰੱਖ ਰਹੇ ਉਹ ਦਿੱਲੀ ਦੇ ਲੋਕਾਂ ਦਾ ਕਿਵੇਂ ਧਿਆਨ ਰੱਖਣਗੇ ਕੈਨੇਡਾ ਦੇ ਸਰੀ ਵਿੱਚ ਹਦੀਪ ਸਿੰਘ ਨਿੱਜਰ ਮਾਮਲੇ ਵਿੱਚ ਕੈਨੇਡਾ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਕੱਲ ਸ਼ਾਮ ਨੂੰ ਪੰਜਾਬ ਪੁਲਿਸ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਵਿੱਚੋਂ ਦੋ ਨੌਜਵਾਨਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਨਾ ਹੀ ਇਹਨਾਂ ਦਾ ਕਿਸੇ ਗੈਂਗਸਟਰ ਨਾਲ ਸੰਬੰਧ ਹੈ ਤੀਸਰੇ ਨੌਜਵਾਨ ਬਾਰੇ ਕੋਈ ਜਾਣਕਾਰੀ ਹੀ ਨਹੀਂ ਮਿਲ ਸકી ਕੈਨੇਡਾ ਪੁਲਿਸ ਨੇ ਭਾਰਤੀ ਖੁਫੀਆ ਏਜੰਸੀਆਂ ਦੇ ਕੰਟਰੋਲ ਹੇਟ ਲੇਗ ਗਰੁੱਪ ਦਾ ਪਰਦਾਫਾਸ਼ ਕਰਨ ਦਾ ਦਾਵਾ ਕਰਦਿਆਂ ਦੱਸਿਆ ਕਿ ਤਿੰਨ ਨੌਜਵਾਨ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਨਾਮ ਕਰਨਪ੍ਰੀਤ ਸਿੰਘ 28 ਸਾਲ ਕਰਨ ਬਰਾੜ 22 ਸਾਲ ਤੇ ਕਮਲਪ੍ਰੀਤ ਸਿੰਘ 22 ਸਾਲ ਹਨ ਕਰਨਪ੍ਰੀਤ ਤੇ ਕਰਨ ਦੇ ਪਰਿਵਾਰਾਂ ਦਾ ਤਾਂ ਪਤਾ ਲਾਇਆ ਗਿਆ ਪਰ ਕਮਲਪ੍ਰੀਤ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸકી ਉਹ ਵੀ ਹਾਲਾਂਕਿ ਪੰਜਾਬ ਦਾ ਰਹਿਣ ਵਾਲਾ ਹੀ ਦੱਸਿਆ ਜਾ ਰਿਹਾ ਹੈ ਪੁਲਿਸ ਮੁਤਾਬਿਕ ਕਰਨਪ੍ਰੀਤ ਬਟਾਲਾ ਦੇ ਵਿੱਚ ਕਣੀਏ ਕਿ ਬਾਂਗਰ ਥਾਣੇ ਅਧੀਨ ਪੈਂਦੇ ਸੁੰਦਰਪਿੰਡ ਨਾਲ ਸਬੰਧਤ ਹੈ ਉਸਦੇ ਪਿਤਾ ਪਿੰਡ ਦੇ ਹੀ ਗੁਰਦੁਆਰੇ ਵਿੱਚ ਗ੍ਰੰਥੀ ਹਨ ਤੇ ਇੱਕ ਕਿਸਾਨ ਯੂਨੀਅਨ ਦੇ ਵੀ ਮੈਂਬਰ ਨੇ 3 ਸਾਲ ਪਹਿਲਾਂ ਕਰਨਪ੍ਰੀਤ ਦੇ ਕੈਨੇਡਾ ਜਾਣ ਤੋਂ ਪਹਿਲਾਂ ਦੋਵੇਂ ਪਿਓ ਪੁੱਤ ਦबई 'ਚ ਡਰਾਈਵਰੀ ਕਰਦੇ ਸੀ ਸੁਖਦੇਵ ਸਿੰਘ ਵੀ ਬਾਅਦ ਵਿੱਚ ਭਾਰਤ ਪਰਤ ਆਇਆ ਸੀ ਕਰਨਪ੍ਰੀਤ ਦੇ ਮਾਪਿਆਂ ਨੇ মিডিਆ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਕਰਨਪ੍ਰੀਤ ਦੀਆਂ ਦੋ ਭੈਣਾਂ ਨੇ ਵੱਡੀਆਂ ਦੋਵੇਂ ਵਿਆਹਾਂ ਹੋਈਆਂ ਨੇ ਜਦਕਿ ਪੰਜਾਬ ਪੁਲਿਸ ਦੇ ਦਾਅਵੇ ਮੁਤਾਬਕ ਕਮਲਪ੍ਰੀਤ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸકી ਕਰਨ ਬਰਾੜ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟ ਸੁਖੀਆ ਦਾ ਵਸਨੀਕ ਦੱਸਿਆ ਜਾ ਰਿਹਾ ਹੈ ਇਸ ਦਾ ਅਸਲ ਨਾਮ ਕਿਰਨਜੀਤ ਸਿੰਘ ਦੱਸਿਆ ਜਾ ਰਿਹਾ ਹੈ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਜ਼ਾਹਿਰ ਤੌਰ ਤੇ ਪਰਿਵਾਰਿਕ ਮੈਂਬਰ ਪਰੇਸ਼ਾਨ ਨੇ ਉਹਨਾਂ ਕਿਹਾ ਕਿ ਕਰਨ ਬਰਾੜ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਸੀ ਉਹਨੂੰ ਕਿਸੇ ਸਾਜ਼ਿਸ਼ ਤਹਿਤ ਫੜਿਆ ਗਿਆ ਹੈ ਕਰਨ ਬਰਾੜ 12ਵੀਂ ਪਾਸ ਕਰਨ ਤੋਂ ਬਾਅਦ ਫਰਵਰੀ 2020 ਵਿੱਚ ਸਟੱਡੀ ਵੀਜ਼ੇ ਤੇ ਕੈਨੇਡਾ ਗਿਆ ਸੀ ਇਸ ਵਕਤ ਉੱਥੇ ਵਰਕ ਪਰਮਿਟ ਤੇ ਕੰਮ ਕਰਦਾ ਹੈ ਡੀਐਸਪੀ ਫਰੀਦਕੋਟ ਦੇ ਜਸਮੀਤ ਸਿੰਘ ਨੇ ਦੱਸਿਆ ਕਿ ਕਰਨ ਬਰਾੜ ਖਿਲਾਫ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਇਸ ਵਕਤ ਤੱਕ ਕੋਈ ਅਪ ਦਰਜ ਨਹੀਂ ਹੈ ਕਿਉਂਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਉਸਦੇ ਪਿਤਾ ਮਨਦੀਪ ਸਿੰਘ ਬਰਾੜ ਦੀ ਕੁਝ ਦਿਨ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਉਹ ਆਪਣੇ ਪਿਤਾ ਦੇ ਸੰਸਕਾਰ ਤੇ ਅੰਤਿਮ ਅਰਦਾਸ ਦੇ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ ਸੀ ਕੈਨੇਡਾ ਦੇ ਸਮੇਂ ਮੁਤਾਬਕ ਕੱਲ ਵੈਨਕੂਵਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਿਆਂ RCMP ਨੇ ਦੱਸਿਆ ਕਿ ਇਹਨਾਂ ਦਾ ਸੰਬੰਧ ਲਾਰੈਂਸ ਗੈਂਗ ਦੇ ਨਾਲ ਹੈ ਸਾਰੇ 2021 ਵਿੱਚ ਆਰਜੀ ਵੀਜ਼ੇ ਤੇ ਕੈਨੇਡਾ ਗਏ ਸਨ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਹਾਲੇ ਵੀ ਖਤਮ ਨਹੀਂ ਹੋਈ ਹੋਰ ਮੁਲਜ਼ਮ ਵੀ ਇਸ ਕਾਂਡ ਵਿੱਚ ਸ਼ਾਮਿਲ ਹਨ ਉਹਨਾਂ ਦੀ ਗ੍ਰਿਫਤਾਰੀ ਵੀ ਛੇਤੀ ਹੋਵੇਗੀ ਕੈਨੇਡਾ ਪੁਲਿਸ ਮੁਤਾਬਕ ਨਿਜਰ ਖਿਲਾਫ ਵਾਰਦਾਤ ਨੂੰ ਅੰਜਾਮ ਦੇਣ ਲਈ ਤਿੰਨਾਂ ਦਾ ਵੱਖੋ ਵੱਖਰਾ ਰੋਲ ਸੀ ਇੱਕ ਦੀ ਜ਼ਿੰਮੇਵਾਰੀ ਨਿਜਰ ਦੀ ਲੋਕੇਸ਼ਨ ਦਾ ਪਤਾ ਲਾਉਣਾ ਸੀ ਦੂਸਰਾ ਡਰਾਈਵਰ ਸੀ ਤੀਜੇ ਨੇ ਗੋਲੀਆਂ ਚਲਾਈਆਂ ਮੋਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੈਬਲਾਂਕ ਤੋਂ ਨਿਜਰ ਕਤਲकांड ਨੂੰ ਲੈ ਕੇ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਦਾ ਹੱਥ ਹੋਣ ਦੇ ਹੋਣ ਦੇ ਜਿਹੜੇ ਸ਼ੱਕ ਨੇ ਉਸ ਨੂੰ ਖਾਰਿਜ ਨਹੀਂ ਕੀਤਾ ਜਾ ਸਕਦਾ ਕਹਿੰਦੇ ਮੈਨੂੰ ਕੈਨੇਡਾ ਦੇ ਸੁਰੱਖਿਆ ਇੰਤਜ਼ਾਮਾਂ ਅਤੇ ਪੁਲਿਸ ਤੇ ਪੂਰਾ ਭਰੋਸਾ ਹੈ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਨੇ ਇਹ ਵੀ ਕਿਹਾ ਕਿ ਜਾਂਚ ਦੌਰਾਨ ਉਹਨਾਂ ਨੂੰ ਪਤਾ ਸੀ ਕਿ ਸਾਨੂੰ ਭਾਰਤ ਦਾ ਸਹਿਯੋਗ ਲੈਣ ਦੇ ਵਿੱਚ ਮੁਸ਼ਕਲ ਆਵੇਗੀ ਤੇ ਅਜਿਹਾ ਹੀ ਹੋਇਆ ਹਾਲਾਂਕਿ ਕਹਿੰਦੇ ਸਥਾਨਕ ਸਿੱਖ ਭਾਈਚਾਰੇ ਨੇ ਇਸ ਕੇਸ ਨੂੰ ਸੁਲਝਾਉਣ ਦੇ ਵਿੱਚ ਕਾਫੀ ਮਦਦ ਕੀਤੀ ਉਧਰ ਕੈਨੇਡਾ ਦੀ ਐਨ ਡੀ ਪੀ ਦੇ ਲੀਡਰ ਜਗਮੀਤ ਸਿੰਘ ਨੇ ਇਲਜ਼ਾਮ ਲਾਇਆ ਕਿ ਭਾਰਤ ਵੱਲੋਂ ਤਿੰਨੇ ਮੋਲਸਵਾ ਨੂੰ ਨਿੱਜਰ ਖਿਲਾਫ ਵਾਰਦਾਤ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਕੈਨੇਡਾ ਦੀ ਧਰਤੀ ਤੇ ਅੰਜਾਮ ਦਿੱਤੀ ਗਈ ਇਸ ਵਾਰਦਾਤ ਦਾ ਹਰ ਸੱਚ ਕਹਿੰਦੇ ਸਾਹਮਣੇ ਆਉਣਾ ਚਾਹੀਦਾ ਹੈ ਕੈਨੇਡਾ ਦੇ ਵਿੱਚ ਲੋਕਤੰਤਰ ਹੈ ਬੋਲਣ ਦੀ ਆਜ਼ਾਦੀ ਦਿੱਤੀ ਜਾਂਦੀ ਹੈ ਤੇ ਨਿੱਜਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਵੀ ਇਸ ਮੁੱਦੇ ਤੇ ਬਿਆਨ ਦਿੰਦਿਆਂ ਕਿਹਾ ਕਿ ਹਰਦੀਪ ਸਿੰਘ ਨਿੱਜਰ ਖਿਲਾਫ ਵਾਰਦਾ ਤੇ ਕੈਨੇਡਾ ਤੇ ਵਿੱਚ ਜੋ ਕੁਝ ਵੀ ਹੋ ਰਿਹਾ ਉਹ ਜ਼ਿਆਦਾਤਰ ਉਹਨਾਂ ਦੀ ਅੰਦਰੂਨੀ ਸਿਆਸਤ ਦੇ ਕਾਰਨ ਹੈ ਭਾਰਤ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਵੱਲੋਂ ਭਾਰਤ ਦੀ ਆਲੋਚਨਾ ਕੀਤੇ ਜਾਣ ਨਾਲ ਸੰਬੰਧਿਤ ਸਵਾਲਾਂ ਦਾ ਜਵਾਬ ਦੇ ਰਹੇ ਸਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਭੁਵਨੇਸ਼ਵਰ ਦੇ ਵਿੱਚ ਜੈ ਸ਼ੰਕਰ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਵਿੱਚ ਵਿਕਸਿਤ ਭਾਰਤ ਵਰਗੇ ਹੋਰ ਵੱਡੇ ਸੁਧਾਰ ਲਿਆਉਣ ਲਈ ਦੇਸ਼ ਨੂੰ ਨਰਿੰਦਰ ਮੋਦੀ ਵਰਗੇ ਮਜ਼ਬੂਤ ਤੇ ਸਰਗਰਮ ਪ੍ਰਧਾਨ ਮੰਤਰੀ ਦੀ ਲੋੜ ਹੈ ਉਹ ਪਾਰ ਦਾ ਅਕਸ ਇਸ ਵਕਤ ਬਹੁਤ ਵੱਡਾ ਹੈ ਕੈਨੇਡਾ ਇੱਕ અપવાદ ਹੈ ਤੁਸੀਂ ਦੇਖਿਆ ਕਿ ਵਕ ਵਕ ਮੌਲਕਾਂ ਦੇ ਮੁਖੀ ਭਾਰਤ ਤੇ ਇਸ ਦੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕਰਦੇ ਹਨ ਕਹਿੰਦੇ ਖਾਲਿਸਤਾਨੀ ਹਮਾਇਤੀਆਂ ਦਾ ਇੱਕ ਵਰਗ ਕੈਨੇਡਾ ਦੇ ਲੋਕਤੰਤਰ ਦੀ ਵਰਤੋਂ ਕਰ ਰਿਹਾ ਹੈ, ਇੱਕ ਲੌਬੀ ਬਣਾ ਰਿਹਾ ਹੈ ਤੇ ਵੋਟ ਬੈਂਕ ਬਣ ਗਿਆ ਹੈ। ਤੇ ਕੈਨੇਡਾ ਦੀ ਹਾਕਮ ਤੇ ਕੋਲ ਸੰਸਦ ਵਿੱਚ ਬਹੁਮਤ ਨਹੀਂ ਹੈ। ਕੁਝ ਪਾਰਟੀਆਂ ਖਾਲਿਸਤਾਨੀ ਹਮਾਇਤੀ ਲੀਡਰਾਂ ਤੇ ਹੀ ਨਿਰਭਰ ਹਨ। ਅਸੀਂ ਕਹਿੰਦੇ ਉਹਨਾਂ ਨੂੰ ਕਈ ਵਾਰੀ ਸਮਝਾਇਆ ਕਿ ਉਹ ਜਿਹੇ ਲੋਕਾਂ ਨੂੰ ਵੀਜ਼ਾ ਵੈਲਿਡਿਟੀ ਜਾਂ ਸਿਆਸੀ ਥਾਣਾ ਦੇਣ ਜੋ ਉਹਨਾਂ ਦੇ ਲਈ, ਯਾਨੀ ਕਿ ਕੈਨੇਡਾ ਦੇ ਲਈ ਤੇ ਭਾਰਤ ਦੇ ਲਈ ਤੇ ਦੋਨੋਂ ਆਮਲਕਾਂ ਦੇ ਰਿਸ਼ਤਿਆਂ ਦੇ ਲਈ ਸਮੱਸਿਆ ਪੈਦਾ ਕਰਦੇ ਨੇ ਪਰ ਕਹਿੰਦੇ ਕੈਨੇਡਾ ਸਰਕਾਰ ਨੇ ਕੁਝ ਨਹੀਂ ਕੀਤਾ। ਕਹਿੰਦੇ ਭਾਰਤ ਨੇ ਕੈਨੇਡਾ ਤੋਂ 25 ਵਿਅਕਤੀਆਂ ਜ ਪਰ ਕੈਨੇਡਾ ਸਰਕਾਰ ਨੇ ਕੋਈ ਧਿਆਨ ਨਹੀਂ ਕੀਤਾ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕਿਹਾ ਕਿ ਕੈਨੇਡਾ ਨੇ ਕੋਈ ਸਬੂਤ ਨਹੀਂ ਦਿੱਤਾ ਕੁਝ ਮਾਮਲਿਆਂ ਦੇ ਵਿੱਚ ਉਹ ਸਾਡੇ ਨਾਲ ਕੋਈ ਸਬੂਤ ਸਾਂਝਾ ਨਹੀਂ ਕਰਦੇ ਪੁਲਿਸ ਏਜੰਸੀਆਂ ਵੀ ਸਾਡੇ ਨਾਲ ਸਹਿਯੋਗ ਨਹੀਂ ਕਰਦੀਆਂ ਯਾਨੀ ਕਿ ਸਪਸ਼ਟ ਤੌਰ ਤੇ ਭਾਰਤ ਸਰਕਾਰ ਨੇ ਨਿਜਰ ਮਾਮਲੇ ਤੇ ਕੈਨੇਡਾ ਦੇ ਜੋ ਵੀ ਇਲਜ਼ਾਮ ਹਨ ਉਹਨਾਂ ਨੂੰ ਇੱਕ ਵਾਰੀ ਫੇਰ ਠੁਕਰਾ ਦਿੱਤਾ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਜ਼ੈਨੋਫੋਬੀਆ ਸੰਬੰਧੀ ਟਿੱਪਣੀ ਵੀ ਖਾਰਜ ਕਰ ਦਿੱਤੀ। ਉਹਨਾਂ ਨੇ ਤਰਕ ਦਿੱਤਾ ਕਿ ਭਾਰਤ ਦੀ ਆਰਥਿਕ ਵਿਕਾਸ ਦਰ 7% ਦੀ ਹੈ ਜੋ ਕਈ ਹੋਰ ਮੁਲਕਾਂ ਦੇ ਮੁਕਾਬਲੇ ਵੱਧ ਹੈ। ਜੈ ਸ਼ੰਕਰ ਨੇ ਦੁਹਰਾਇਆ ਕਿ ਭਾਰਤ ਸਭ ਤੋਂ ਖੁੱਲਾ, ਬਹੁਲਵਾਦੀ ਤੇ ਵਨ ਸੁਵੰਤਾ ਵਾਲਾ ਸਮਾਜ ਹੈ ਨਾ ਕਿ ਜ਼ੈਨੋਫੋਬਿਕ। ਅਸੀਂ ਤਾਂ ਕਹਿੰਦੇ ਸਭ ਤੋਂ ਖੁੱਲੇ ਸਮਾਜ ਹਾਂ। ਅੱਜ ਤੱਕ ਮੈਂ ਇੰਨਾ ਖੁੱਲਾ, ਇੰਨਾ ਬਹੁਲਵਾਦੀ, ਇੰਨਾ ਵਨ ਸੁਵੰਤਾ ਭਰਿਆ ਸਮਾਜ ਕਦੇ ਨਹੀਂ ਦੇਖਿਆ। ਤੁਹਾਡੇ ਸਭ ਦੇ ਲਈ ਕੁਝ ਹੋਰ ਖਾਸ ਤੇ ਜ਼ਰੂਰੀ ਖਬਰਾਂ ਭਾਰਤ ਸਰਕਾਰ ਨੇ ਪਿਆਜ਼ ਦੀ ਬਰਾਮਦ ਤੋਂ ਪਾਬੰਦੀ ਹਟਾ ਦਿੱਤੀ ਹੈ ਪਰ ਨਾਲ ਹੀ ਘੱਟੋ ਘੱਟ ਬਰਾਮਦ ਮੁੱਲ 500 ਡਾਲਰ ਪ੍ਰਤੀ ਟਨ ਤੈਅ ਕੀਤਾ ਇਸ ਫੈਸਲੇ ਨਾਲ ਮਹਾਰਾਸ਼ਟਰ ਸਣੇ ਪ੍ਰਮੁੱਖ ਉਤਪਾਦਕ ਖੇਤਰਾਂ ਦੇ ਵਿੱਚ ਕਿਸਾਨਾਂ ਦੇ ਇੱਕ ਵੱਡੇ ਵਰਗ ਦੀ ਆਮਦਨ ਵਧਾਉਣ 'ਚ ਮਦਦ ਮਿਲ ਸਕਦੀ ਹੈ ਸਰਕਾਰ ਨੇ ਐਮਈਪੀ 550 ਡਾਲਰ ਪ੍ਰਤੀ ਟਨ ਦੇ ਨਾਲ ਹੀ 40% ਦੀ ਬਰਾਮਦ ਕਰ ਲਾਇਆ ਹੈ ਕਰਨ ਨੂੰ ਧਿਆਨ ਵਿੱਚ ਰੱਖਦੇ ਹਾਂ ਬਰਾਮਦ ਖੇਪ ਨੂੰ 770 ਡਾਲਰ ਪ੍ਰਤੀ ਟਨ ਤੋਂ ਥੱਲੇ ਭੇਜਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕੇਂਦਰ ਨੇ ਪਿਛਲੇ ਸਾਲ 8 ਦਸੰਬਰ ਨੂੰ ਘੱਟ ਉਤਪਾਦਨ ਦੀਆਂ ਚਿੰਤਾਵਾਂ ਦਰਮਿਆਨ ਪਰਚੋਨ ਕੀਮਤਾਂ ਤੇ ਕਾਬੂ ਪਾਉਣ ਲਈ ਪਿਆਜ਼ ਦੀ ਬਰਾਮਤ ਤੇ پابੰਦੀ ਲਾ ਦਿੱਤੀ ਸੀ ਅੱਜ 5 ਮਈ ਹੋ ਚੁੱਕੀ ਹੈ ਤੇ ਅਗਲੇ ਮਹੀਨੇ 1 ਜੂਨ ਨੂੰ ਪੰਜਾਬ ਦੇ ਵਿੱਚ ਵੀ ਵੋਟਾਂ ਪੈਣੀਆਂ ਨੇ ਯਾਨੀ ਕਿ ਕਾਊਂਟਡਾਊਨ ਸ਼ੁਰੂ ਹੋ ਚੁੱਕਿਆ ਹੈ 7 ਮਈ ਤੋਂ ਪੰਜਾਬ ਦੇ ਵਿੱਚ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਹੋ ਜਾਣਗੀਆਂ ਜਿਸ ਤੋਂ ਬਾਅਦ ਸੂਬੇ ਦਾ ਚੋਣ ਅਖਾੜਾ ਪੂਰੀ ਤਰ੍ਹਾਂ ਨਾਲ ਭਖ ਜਾਵੇਗਾ ਇਸ ਦੌਰਾਨ ਪਹਿਲੀ ਵਾਰ ਹੀ ਕੱਲੇ ਚੋਣ ਮੈਦਾਨ 'ਚ ਨਿਤਰੀ ਬੀਜੇਪੀ ਦੇ ਉਮੀਦਵਾਰਾਂ ਦੇ ਪ੍ਰਚਾਰ ਵਿੱਚ ਪ੍ਰਧਾਨ ਮੰਤਰੀ ਮੋਦੀ ਅਮਿਤ ਸ਼ਾਹ ਜੇਪੀ ਨੱਡਾ ਵੀ ਪੰਜਾਬ 'ਚ ਪ੍ਰਚਾਰ ਕਰਨਗੇ ਮੋਦੀ ਵੱਲੋਂ ਸਵੇਰ 'ਚ ਚਾਰ ਰੈਲੀਆਂ ਕੀਤੀ ਜਾਣ ਦੀ ਸੰਭਾਵਨਾ ਹੈ ਦੋ ਰੈਲੀਆਂ ਮਾਲਵੇ ਤੇ ਇੱਕ ਇੱਕ ਮਾਝੇ ਤੇ ਦੁਆਬੇ 'ਚ ਹੋਵੇਗੀ ਦਰਅਸਲ ਮਾਲਵੇ ਦੀਆਂ ਸਭ ਤੋਂ ਵੱਧ 67 ਵਿਧਾਨ ਸਭਾ ਸੀਟਾਂ ਨੂੰ ਦੇਖਦਿਆਂ ਬੀਜੇਪੀ ਮਾਲਵੇ 'ਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ ਪਰ ਇੱਥੇ ਹੀ ਬੀਜੇਪੀ ਦਾ ਸਭ ਤੋਂ ਵੱਧ ਵਿਰੋਧ ਹੋ ਰਿਹਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚ ਹੋਣ ਕਰਕੇ ਉਹਨਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਵੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚਣਗੇ। ਲੋਕ ਸਭਾ ਚੋਣਾਂ ਦੇ ਲਈ ਇੱਥੇ ਕਈ ਰੈਲੀਆਂ ਕੀਤੀਆਂ ਜਾਣਗੀਆਂ। ਸੁਨੀਤਾ ਕੇਜਰੀਵਾਲ ਦੇ ਨਾਲ ਉਹਨਾਂ ਦੀ ਧੀ ਵੀ 9 ਮਈ ਨੂੰ ਪੰਜਾਬ ਪਹੁੰਚੇਗੀ। 9 ਤੇ 10 ਮਈ ਨੂੰ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਵਿੱਚ ਚੋਣ ਪ੍ਰੋਗਰਾਮ ਹੋਣਗੇ। ਦੇਸ਼ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੀ ਕੱਲ ਚੰਡੀਗੜ੍ਹ ਪਹੁੰਚੇ ਜਿੱਥੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਉਹਨਾਂ ਦਾ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਵੀ ਮੌਜੂਦ ਰਹੇ। ਰਾਸ਼ਟਰਪ ਜਲੰਧਰ ਦੇ ਵਿੱਚ ਲੋਕਾਂ ਲਈ ਚੰਗੀ ਤੇ ਜ਼ਰੂਰੀ ਖਬਰ ਹੈ ਕਿ ਵੋਟਰਾਂ ਨੂੰ ਉਤਸ਼ਾਹਿਤ ਕਰਨ ਤੇ ਵੋਟ ਫੀਸ ਦੀ 70 ਤੋਂ ਪਾਰ ਕਰਨ ਦੇ ਲਈ ਡੀਸੀ ਨੇ ਪੈਟਰੋਲ ਪੰਪਾਂ ਦੇ ਨਾਲ ਮਿਲ ਕੇ ਇੱਕ ਆਫਰ ਕੱਢੀ ਹੈ ਜਿਸ ਤਹਿਤ ਵੋਟ ਪਾਉਣ ਵਾਲੇ ਵੋਟਰਾਂ ਨੂੰ ਤੇਲ ਦੀਆਂ ਕੀਮਤਾਂ 'ਚ ਛੋਟ ਮਿਲੇਗੀ ਇਹ ਛੋਟ ਅਮਰ ਹਾਈਵੇ ਫਿਲਿੰਗ ਸਟੇਸ਼ਨ ਪ੍ਰਾਗਪੁਰ ਅਮਰ ਹਾਈਵੇ ਫਿਲਿੰਗ ਸਟੇਸ਼ਨ ਕਰਤਾਰਪੁਰ ਤੇ ਰੱਖਾ ਫਿਲਿੰਗ ਸਟੇਸ਼ਨ ਸੂਰਾ ਨੁੱਸੀ ਤੇ ਮਿਲੇਗੀ ਇਸ ਸਹੂਲਤ ਲੈਣ ਲਈ ਵੋਟਰਾਂ ਨੂੰ ਆਪਣੀ ਉਂਗਲੀ ਤੇ سیاਹੀ ਦਾ ਨਿਸ਼ਾਨ ਦਿਖਾਉਣਾ ਪਊਗਾ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਲਾਈਵ ਸ਼ੋਅ ਦੌਰਾਨ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਰਿਕਾਰਡ ਬਣਾਇਆ ਜਿਸ ਤੋਂ ਬਾਅਦ ਉਹਨਾਂ ਦੇ ਨਾਮ ਦੀ ਚਰਚਾ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਵੀ ਹੋਈ ਹੈ। ਐਮਪੀ ਰਣਦੀਪ ਸਿੰਘ ਸਰਾਏ ਨੇ ਦਿਲਜੀਤ ਦੇ ਕੈਨੇਡਾ ਦੇ BC ਪਲੇਸ ਸ਼ੋਅ ਦੀ ਤਾਰੀਫ਼ ਪਾਰਲੀਮੈਂਟ 'ਚ ਕਰਦਿਆਂ ਕਿਹਾ ਕਿ ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਨੇ BC ਵਿੱਚ ਇਤਿਹਾਸ ਸਿਰਜ ਦਿੱਤਾ ਜਿੱਥੇ 54 ਹਜ਼ਾਰ ਤੋਂ ਵੱਧ ਦਰਸ਼ਕ ਉਸਤਾ ਸ਼ੋਅ ਦੇਖਣ ਪਹੁੰਚੇ। ਕਹਿੰਦੇ ਸਪੀਕਰ ਵਿੱਚ એનર્ਜੀ ਇਸ ਤਰ੍ਹਾਂ ਆ ਰਹੀ ਸੀ ਜਿਵੇਂ ਬਿਜਲੀ ਦੇ ਝਟਕੇ ਲੱਗ ਰਹੇ ਹੋਣ ਤੇ ਸ਼ਾਨਦਾਰ ਵਾਈਬ ਸੀ ਬਠਿੰਡਾ ਦੇ ਪੰਜ ਸਪੈਂਸਰਾਂ ਦੇ ਵਿੱਚ ਕਣਕ ਦੇ ਭੰਡਾਰਾਂ ਨੂੰ ਲੈ ਕੇ ਵੱਡੀਆਂ ਬੇਨਿਜਮੀਆਂ ਸਾਹਮਣੇ ਆਈਆਂ ਨੇ ਇੱਥੇ ਕਣਕ ਖੁਰਦ-ਬੁਰਦ ਤੇ ਨੁਕਸਾਨੀ ਜਾਣ ਕਰਕੇ ਪੰਜ ਸਪ ਨੂੰ 4 ਕਰੋੜ 68 ਲੱਖ 48 ਹਜ਼ਾਰ 600 ਰੁਪਏ ਦਾ ਨੁਕਸਾਨ ਹੋਇਆ ਜਾਂਚ ਵਿੱਚ ਕਰੀਬ ਅੱਧਾ ਦਰਜਨ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ ਹੈ ED ਨੇ ਦਿੱਲੀ ਆਪਕਾਰੀ ਨੀਤੀ ਨਾਲ ਸੰਬੰਧਿਤ ਮੰਨੀ ਲਾਂਡਰਿੰਗ ਮਾਮਲੇ ਵਿੱਚ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ ਐਡਵੋਕੇਟ ਵਿਨੋਦ ਚੋਹਾਨ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਇਸ ਵਕੀਲ ਤੇ Goa ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਲਈ ਸਾਊਥ ਗਰੁੱਪ ਵੱਲੋਂ ਕਥਿਤ ਤੌਰ ਤੇ ਰਿਸ਼ਵਤ ਰਾਹੀਂ ਨਕਦੀ ਟਰਾਂਸਫਰ ਕਰਨ ਦਾ ਇਲਜ਼ਾਮ ਹੈ ਇਸ ਮਾਮਲੇ ਦੇ ਵਿੱਚ ED ਦੇ ਵੱਲੋਂ ਕੀਤੀ ਗਈ 18ਵੀਂ ਗ੍ਰਿਫਤਾਰੀ ਹੈ